ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅੱਜ ਨਾ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਪਈ ਹਾਂ। ਤੁਹਾਨੂੰ ਰਿਕੁਐਸਟ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪਲੀਜ਼ ਇਹਨਾਂ ਦੀ ਮਦਦ ਕਰੋ। ਆ ਭਾਜੀ ਡਿੱਗ ਗਏ ਸੀ ਪੇਂਟ ਕਰਦੇ ਹੋਏ, ਉਹਨਾਂ ਇਹਨਾਂ ਦਾ ਓਪਰੇਸ਼ਨ ਹੋਣਾ। 80,000 70,000 ਦੀ ਇਹਨਾਂ ਨੂੰ ਜ਼ਰੂਰਤ ਆ। ਇਹਨਾਂ ਕੋਲ ਪੈਸੇ ਪੂਰੇ ਨਹੀਂ ਹੋ ਰਹੇ ਆ, ਵਿਚਾਰੇ ਬਹੁਤ ਜ਼ਿਆਦਾ ਗਰੀਬ ਪਰਿਵਾਰ ਤੋਂ। ਅਗਰ ਤੁਹਾਨੂੰ ਹੋ ਸਕੇ ਤਾਂ ਥੋੜ੍ਹੀ ਥੋੜ੍ਹੀ ਕਰਕੇ ਇਹਨਾਂ ਦੀ ਮਦਦ ਕਰੋ। ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਹੋਊਗਾ। ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਅਗਰ ਤੁਸੀਂ ਮਦਦ ਨਹੀਂ ਕਰ ਸਕਦੇ, ਵੀਡੀਓ ਨੂੰ ਅੱਗੇ ਸ਼ੇਅਰ ਕਰੀਓ ਕਿ ਜੋ ਕੋਈ ਮਦਦ ਕਰ ਸਕਦਾ ਉਹ ਮਦਦ ਕਰ ਸਕੇ। ਮੈਂ ਗੂਗਲ ਪੇ ਨੰਬਰ ਇੱਥੇ ਮੈਨਸ਼ਨ ਕੀਤਾ ਇਹਨਾਂ ਦਾ। ਮੈਂ ਕਹਿੰਦੀ ਆਪਣੀ ਕਮਾਈ 'ਚ 100 ਰੁਪਿਆ, 200 ਰੁਪਿਆ, 50 ਰੁਪਏ, 100 ਰੁਪਏ ਜਿੰਨਾ ਤੁਸੀਂ ਕਰ ਸਕਦੇ ਉਨ੍ਹਾਂ ਦੀ ਮਦਦ ਇਹਨਾਂ ਦੀ ਜ਼ਰੂਰ ਕਰੋ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰੇ ਜੇਠ ਦੇ ਪੇਂਟ ਘਰ ਦਾ ਛੱਤ ਤੋਂ ਡਿੱਗ ਗਿਆ, ਉਹਦੇ ਸੱਟਾਂ ਲੱਗ ਗਈਆਂ, ਪੈਰਾਂ ਦਾ ਓਪਰੇਸ਼ਨ ਦੱਸਿਆ, ਜੋ ਕਿ ਡਾਕਟਰਾਂ ਨੇ ਸਾਨੂੰ 70,000 ਰੁਪਇਆ ਖਰਚਾ ਦੱਸਿਆ। ਅਸੀਂ 70,000 ਰੁਪਇਆ ਨਹੀਂ ਇਲਾਜ ਕਰਵਾ ਸਕਦੇ। ਉਹਨੇ ਛੋਟੇ ਛੋਟੇ 4 ਬੱਚੇ ਆ, ਉਹਨਾਂ ਨੂੰ ਪਾਲੇ ਕੀ ਕਰੇ ਵਿਚਾਰੀ। ਜਠਾਣੀ ਮੇਰੀ ਇਕੱਲੀ ਹੈਗੀ ਹੈ, ਤਾਂ ਅਸੀਂ ਵੀ ਨਾਲ ਥੋੜ੍ਹੀ ਬਹੁਤੀ ਹੈਲਪ ਕਰਦੇ ਹਾਂ। ਘਰਾਂ 'ਚ ਉਹ ਕੰਮ ਕਰਦੀ ਆ, ਅਤੇ ਇਸ ਲਈ ਸਾਡੇ ਕੋਲੋਂ ਹੈਲਪ ਦੀ ਲੋੜ ਆ ਸਾਨੂੰ, ਤਾਂ ਸਾਡੀ ਹੈਲਪ ਕੀਤੀ ਜਾਵੇ।